ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਯੋਜਕ ਬਾਰੇ ਪੜ੍ਹਾਂਗੇ ਯੋਜਕ ਨੂੰ ਇੰਗਲਿਸ਼ ਵਿੱਚ ਕਨਜੰਕਸ਼ਨ ਕਿਹਾ ਜਾਂਦਾ ਹੈ ਤੇ ਉਸ ਨਾਲ ਸੰਬੰਧਿਤ ਸਾਰੇ ਐਮਸੀਕਿਊ ਕਰਾਂਗੇ ਜੋ ਕਿ ਹਰ ਇੱਕ ਗਵਰਨਮੈਂਟ ਐਗਜ਼ਾਮ ਵਿੱਚ ਆਉਂਦੇ ਨੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਆਪਣਾ ਟੌਪਿਕ ਕਲੀਅਰ ਕਰਨਾ ਹੁਣ ਆਪਾਂ ਸ਼ੁਰੂ ਕਰਦੇ ਹਾਂ ਯੋਜਕ ਕਨਜੰਕਸ਼ਨ ਵਾਟ ਇਜ਼ ਕਨਜੰਕਸ਼ਨ ਯੋਜਕ ਦਾ ਭਾਵ ਹੈ ਜੋੜਨ ਵਾਲਾ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂ ਅਤੇ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਯੋਜਕ ਕਹਿੰਦੇ ਹਨ ਫੋਰ ਐਗਜ਼ਾਮਪਲ ਜਿਵੇਂ ਮੋਨ ਸਿੰਘ ਨੇ ਆਖਿਆ ਕਿ ਮੈਂ ਕਾਲਜ ਨਹੀਂ ਆਵਾਂਗਾ ਇਸ ਵਾਕ ਵਿੱਚ ਕੇ ਕੀ ਆ ਯੋਜਕ ਜਿਵੇਂ ਅਤੇ ਕਿਉਂਕਿ ਸਗੋਂ ਆਦੀ ਇਹ ਕੀ ਆ ਸਾਰੇ ਯੋਜਕ ਹੁਣ ਆਪਾਂ ਅੱਗੇ ਇਸ ਦੀਆਂ ਟਾਈਪਸ ਕਰਾਂਗੇ ਕਾਰਜ ਦੇ ਆਧਾਰ ਤੇ ਯੋਜਕ ਦੀਆਂ ਦੋ ਟਾਈਪਸ ਨੇ ਫਰਸਟ ਸਮਾਨਜੋਜਕ ਸੈਕੰਡ ਅਧੀਨ ਜੋਜਕ ਹੁਣ ਆਪਾਂ ਸਮਾਨ ਜੋਜਕ ਦੀ ਡੈਫੀਨੇਸ਼ਨ ਪੜਾਂਗੇ ਜਿਹੜੇ ਜੋਜਕ ਬਰਾਬਰ ਦੇ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਸਮਾਨ ਜੋਜਕ ਕਹਿੰਦੇ ਹਨ ਜਿਵੇਂ ਮੋਨ ਅਤੇ ਸੁਰਿੰਦਰ ਗੈਰ ਹਜ਼ਰ ਹਨ ਮੁੱਖ ਮੰਤਰੀ ਸਾਹਿਬ ਆਏ ਅਤੇ ਉਪਾਸ਼ਣ ਦੇ ਕੇ ਚਲੇ ਗਏ ਇਨ੍ਹਾਂ ਵਾਕਾਂ ਵਿੱਚ ਤੇ ਅਤੇ ਕੀ ਹੈ ਸਮਾਨ ਜੋਜਕ ਜੋ ਕਿ ਵਾਕ ਨੂੰ ਜੋੜਦੇ ਹਨ ਆਪਸ ਵਿੱਚ ਇਸ ਤਰ੍ਹਾਂ ਦੇ ਹੋਰ ਜੋਜਕ ਵੀ ਹਨ ਜਿਵੇਂ ਪਰ ਪ੍ਰੰਤੂ ਆਦਿ ਨੈਕਸ ਅਧਿਨ ਜੋਜਕ ਜਿਹੜੇ ਸ਼ਬਦ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਹਨ ਉਹਨਾਂ ਨੂੰ ਅਧਿਨ ਜੋਜਕ ਕਹਿੰਦੇ ਹਨ ਫੋਰ ਐਗਜ਼ਾਮਪਲ ਜਿਹੜੇ ਮਿਹਨਤ ਕਰਦੇ ਹਨ ਉਹਨਾਂ ਨੂੰ ਸਫਲਤਾ ਮਿਲਦੀ ਹੈ ਉਹਨਾਂ ਨੂੰ ਕੀ ਹੈ ਅਧਿਨ ਜੋਜਕ ਜਿਵੇਂ ਇੱਕ ਆਪਾਂ ਹੋਰ ਐਗਜ਼ਾਮਪਲ ਲੈਂਦੇ ਆ ਖੂਬ ਮਿਹਨਤ ਕਰੋ ਕਿਉਂਕਿ ਮਿਹਨਤ ਫਲ ਦੇ ਕੇ ਰਹਿੰਦੀ ਹੈ ਕਿਉਂਕਿ ਕੀ ਹੈ ਅਧਿਨ ਜੋਜਕ ਸੋਹਣ ਨੇ ਸਨੇਹਾ ਭੇਜਿਆ ਕਿ ਮੈਂ ਨਹੀਂ ਆ ਰਿਹਾ ਇਸ ਵਿੱਚ ਕ ਕੀ ਹੈ ਅਧੀਨ ਜੋਜਕ ਕੀ ਹੈ ਕ ਜੋ ਕਿ ਵਾਕ ਨੂੰ ਜੋੜ ਰਿਹਾ ਹੈ ਤਾਂ ਇਹ ਕੀ ਹੈ ਅਧੀਨ ਜੋਜਕ ਜਿਵੇਂ ਹੋਰ ਅਧੀਨ ਜੋਜਕ ਹਨ ਯੂ ਇਸ ਲਈ ਤਾਂ ਕਿ ਤਾਂ ਆਦੀ ਅਤੇ ਸ਼ਬਦ ਹੇਠਾਂ ਲਿਖਿਆਂ ਵਿੱਚੋਂ ਕੀ ਹੈ ਅਤੇ ਹੁਣ ਆਪਾਂ ਦੇਖਦੇ ਹਾਂ ਕੀ ਹੈ ਚਾਰ ਆਪਸ਼ਨਾਂ ਵਿੱਚੋਂ ਦੇਖਦੇ ਹਾਂ ਆਨਸਰ ਡੀ ਅਤੇ ਕੀ ਇੱਕ ਜੋਜਕ ਹੈ ਜੋ ਕਿ ਦੋ ਵਾਕਾਂ ਨੂੰ ਜੋੜਦਾ ਹੈ ਆਨਸਰ ਡੀ ਪੰਜਾਬੀ ਵਿਆਕਰਨ ਅਨੁਸਾਰ ਕਿਉਂਕਿ ਸ਼ਬਦ ਕੀ ਹੈ ਚਾਰ ਆਪਸ਼ਨ ਦਿੱਤੀਆਂ ਨੇ ਆਨਸਰ ਦੇਖਦੇ ਆ ਕਿਉਂਕਿ ਕੀ ਹੈ ਜੋਜਕ ਆਨਸਰ ਸੀ ਨੈਕਸਟ ਜੋਜਕ ਚੁਣੋ ਇਸ ਵਿੱਚ ਦੇਖਦੇ ਆ ਚਾਰ ਆਪਸ਼ਨਾਂ ਵਿੱਚੋਂ ਤੇ ਅਤੇ ਕਿਉਂਕਿ ਇਹ ਕੀ ਹੈ ਜੋਜਕ ਆਨਸਰ ਬੀ ਨੈਕਸਟ ਜੋਜਕ ਦੇ ਮੁੱਖ ਭੇਦ ਕਿੰਨੇ ਹੁੰਦੇ ਹਨ ਜੋਜਕ ਦੀਆਂ ਮੇਨ 2 ਟਾਈਪਸ ਹੁੰਦੀਆਂ ਨੇ ਆਨਸਰ ਡੀ ਫਸਟ ਸਮਾਨ ਜੋਜਕ ਸੈਕੰਡ ਅਧੀਨ ਜੋਜਕ ਜਿਹੜੇ ਸ਼ਬਦ ਸਮਾਨਜਬਰابر ਦੇ ਸ਼ਬਦਾਂ ਵਾਕਾਂਸ਼ਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਕਹਿੰਦੇ ਹਨ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਦੇਖਦੇ ਹਾਂ ਜਿਹੜੇ ਸ਼ਬਦ ਸਮਾਨਜਬਰابر ਦੇ ਸ਼ਬਦਾਂ ਨੂੰ ਜੋੜਨ ਉਹਨਾਂ ਨੂੰ ਸਮਾਨਜੋਜਕ ਕਿਹਾ ਜਾਂਦਾ ਹੈ ਫਾਰ ਐਗਜ਼ਾਮਪਲ ਮoon ਅਤੇ ਸੂਨ ਗੈਰਹਾਜ਼ਰ ਹਨ ਅਤੇ ਕੀ ਹੈ ਦੋ ਵਾਕਾਂ ਨੂੰ ਜੋੜਦਾ ਹੈ ਮoon ਤੇ ਸੂਨ ਤਾਂ ਇਹ ਕੀ ਹੈ ਸਮਾਨਜੋਜਕ ਸਮਾਨਜੋਜਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ ਸਮਾਨ ਜੋਜਕ ਦੀਆਂ ਚਾਰ ਕਿਸਮਾਂ ਫਰਸਟ ਸਮੁੱਚੀ ਸਮਾਨ ਜੋਜਕ ਸੈਕੰਡ ਵਿਕਲਪੀ ਸਮਾਨ ਜੋਜਕ ਥਰਡ ਨਿਖੇਦੀ ਸਮਾਨ ਜੋਜਕ ਫੋਰਥ ਕਾਰਜ਼ਵੋਧਿਕ ਸਮਾਨ ਜੋਜਕ ਨੈਕਸਟ ਕਰਦੇ ਹਾਂ ਜਿਹੜੇ ਸਮਾਨ ਜੋਜਕ ਦੋ ਸਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਵਿੱਚ ਜੋੜ ਕੇ ਸਮੁੱਚਾ ਭਾਅ ਪ੍ਰਗਟ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਸਮੁੱਚੀ ਸਮਾਨ ਜੋਜਕ ਕਿਹਾ ਜਾਂਦਾ ਹੈ ਉਨਾ ਪੌਦਾ ਅਨਸਮਿਤ ਕਰਦੇ ਆ ਫਿਰੋਤ ਰੋ ਅਤੇ ਸੀਤ ਬਣਾਓ ਰੋਟੀ ਵੀ ਖਾਓ ਤੇ ਗੱਪਾਂ ਵੀ ਮਾਰੋ ਅਤੇ ਤੇ ਕੀ ਹੈ ਸਮੁੱਚੀ ਸਮਾਨਜੋਜਕ ਨੈਕਸਟ ਜਿਹੜੇ ਸ਼ਬਦ ਅਜਿਹੇ ਸੰਤੰਤਰ ਵਾਕਾਂ ਨੂੰ ਜੋੜਨ ਜਿੰਨਾ ਤੋਂ ਉਹਨਾਂ ਦੇ ਬਟਾਂਦਰੇ ਦਾ ਭਾਅ ਪ੍ਰਗਟ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ ਜੋ ਬਟਾਂਦਰੇ ਦਾ ਭਾਅ ਪ੍ਰਗਟ ਕਰਨ ਉਹਨਾਂ ਨੂੰ ਵਿਕਲਪੀ ਸਮਾਨਜੋਜਕ ਕਿਹਾ ਜਾਂਦਾ ਹੈ ਅਨਸਰ ਬੀ ਫਾਰ ਐਗਜ਼ਾਮਪਲ ਇਹ ਲੇਖ ਤੂੰ ਲਿਖ ਭਾਵੇਂ ਉਹ ਲਿਖੀ ਭਾਵੇਂ ਕੀ ਹੈ ਵਿਕਲਪੀ ਸਮਾਨਜੋਜਕ ਨੈਕਸਟ ਜਿਹੜੇ ਸ਼ਬਦ ਅਜਿਹੇ ਸੰਤਰਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦਾ ਆਪਸੀ ਟੱਕਰਾ ਜਾਂ ਵਿਰੋਧ ਪ੍ਰਗਟ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ ਜਿਨ੍ਹਾਂ ਵਿੱਚ ਟੱਕਰਾ ਹੋਵੇ ਉਸ ਨੂੰ ਨਿਕੇਦੀ ਸਮਾਨਜੋਜਕ ਕਿਹਾ ਜਾਂਦਾ ਹੈ ਅਨਸਰ ਸੀ ਫਾਰ ਐਗਜ਼ਾਮਪਲ ਉਹ ਕਮਜ਼ੋਰ ਹੈ ਪ੍ਰੰਤੂ ਡਰਪੋਕ ਨਹੀਂ ਪ੍ਰੰਤੂ ਕੀ ਹੈ ਨਿਕੇਦੀ ਸਮਾਨਜੋਜਕ ਟੱਕਰਾ ਹੋਇਆ ਹੈ ਤਾਂ ਕੀ ਹੈ ਨਕੇਦੀ ਸਮਾਨਜੋਜਕ ਨੈਕਸਟ ਜਦੋਂ ਸਮਾਨਜੋਜਕ ਦੋ ਜਹਿਸਬਾਕਾਂ ਨੂੰ ਜਿਹੜਾ ਕਿ ਇੱਕ ਵਾਰ ਕਾਰਨ ਪ੍ਰਗਟ ਕਰੇ ਤੇ ਦੂਜਾ ਕਾਰਜ ਪ੍ਰਗਟ ਕਰੇ ਉਹਨਾਂ ਨੂੰ ਕੀ ਕਹਿੰਦੇ ਹਨ ਹੁਣ ਇਹਨਾਂ ਵਿੱਚੋਂ ਕਾਰਨ ਵੀ ਪ੍ਰਗਟ ਕਰੇ ਤੇ ਦੂਜਾ ਕਾਰਜ ਵੀ ਪ੍ਰਗਟ ਕਰੇ ਉਸ ਨੂੰ ਕਾਰਸਬੋਧਕ ਸਮਾਨਜੋਜਕ ਕਹਿੰਦੇ ਹਨ ਫਾਰ ਐਗਜ਼ਾਮਪਲ ਉਸਦਾ ਵਿਹਾਰ ਚੰਗਾ ਨਹੀਂ ਇਸ ਲਈ ਮੈਂ ਉਦਾਹਰਣ ਨਹੀਂ ਦਿੱਤਾ ਫਸਟ ਸੈਂਟੈਂਸ ਵਿੱਚ ਕਿਹਾ ਵੀ ਉਸਦਾ ਵਿਹਾਰ ਚੰਗਾ ਨਹੀਂ ਇਹ ਕੀ ਹੈ ਕਾਰਨ ਸੈਕਿੰਡ ਕੀ ਹੈ ਕਾਰਜ ਇਸ ਲਈ ਮੈਂ ਉਦਾਹਰਨ ਨਹੀਂ ਦਿੱਤਾ ਇਸ ਲਈ ਕੀ ਹੈ ਇਸ ਲਈ ਕੀ ਹੈ ਕਾਰਜਬੋਧਿਕ ਸਮਾਨਜੋਜਕ ਆਨਸਰ ਡੀ ਨੈਕਸਟ ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰধান ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਕੀ ਕਹਿੰਦੇ ਹਨ ਜੋ ਪ੍ਰধান ਉਪਵਾਕ ਤੇ ਅਧੀਨ ਉਪਵਾਕ ਨੂੰ ਜੋੜਨ ਉਸ ਨੂੰ ਅਧਿਨਜੋਜਕ ਕਿਹਾ ਜਾਂਦਾ ਹੈ ਫੋਰ ਐਗਜ਼ਾਮਪਲ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰਕੇ ਖਾਓ ਇਸ ਵਿੱਚ ਆਨਸਰ ਬੀ ਕੇ ਕੀਆ ਦੀਨ ਜੋਜਕ ਅਦੀਨ ਜੋਜਕ ਦੀਆਂ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ ਅਦੀਨ ਜੋਜਕ ਨੂੰ ਅੱਗੇ ਸੱਤ ਭਾਗਾਂ ਵਿੱਚ ਵੰਡਿਆ ਗਿਆ ਇਸ ਦੀਆਂ ਸੱਤ ਟਾਈਪਸ ਨੇ ਫਰਸਟ ਹੈਗੀ ਹੈ ਸਮਾਨ ਅਧਿਕਰਨ ਸੈਕਿੰਡ ਕਰਨਵਾਚ ਥਰਡ ਫਲਵਾਚ ਫੋਰਥ ਮੰਤਵਵਾਚ ਫਿਫਥ ਸ਼ਰਤਵਾਚ ਸਿਕਸਥ ਵਿਰੋਧਵਾਚ ਸੈਵਨਥ ਤੁਲਨਾਵਾਚ ਹੁਣ ਇਹਨਾਂ ਨਾਲ ਸੰਬੰਧਿਤ MCQ ਕਰਾਂਗੇ ਜਦੋਂ ਅਧੀਨ ਪੁਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੀ ਜਾ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਜੋਜਕ ਨੂੰ ਕੀ ਕਹਿੰਦੇ ਹਨ ਉਸ ਅਧੀਨ ਜੋਜਕ ਨੂੰ ਸਮਾਨ ਅਧਿਕਰਨ ਜੋਜਕ ਕਿਹਾ ਜਾਂਦਾ ਹੈ ਫੋਰ ਐਗਜ਼ਾਮਪਲ ਤੂੰ ਤਾਂ ਇਸ ਤਰ੍ਹਾਂ ਪੋਲਾ ਵੰਡ ਰਿਹਾ ਹੈ ਜਿਸਕਰ ਤੈਨੂੰ ਪਤਾ ਹੀ ਨਹੀਂ ਜਿਸਕਰ ਕਿ ਹੈ ਸਮਾਨ ਅਧਿਕਰਨ ਨੈਕਸਟ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਜਹੇ ਉਪਵਾਕਾਂ ਨੂੰ ਜੋੜਨ ਵਾਲੇ ਦੀਨ ਜੋਜਕ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਕਿਰਿਆ ਦਾ ਕਾਰਨ ਪਤਾ ਲੱਗੇ ਉਸ ਨੂੰ ਕਾਰਨਵਾਚਕ ਅਧੀਨ ਜੋਜਕ ਕਿਹਾ ਜਾਂਦਾ ਹੈ ਫੋਰ ਐਗਜ਼ਾਮਪਲ ਉਹ ਝੂਠ ਬੋਲਦਾ ਹੈ ਕਿਉਂਕਿ ਕੰਨਾ ਹੈ ਕਿਉਂਕਿ ਕੀ ਹੈ ਕਾਰਨਵਾਚਕ ਨੈਕਸਟ ਜਦੋਂ ਦੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜਾ ਦੱਸੇ ਤਾਂ ਜਹੇ ਉਪਵਾਕਾਂ ਨੂੰ ਜੋੜਨ ਵਾਲੇ ਦੀਨ ਜੋਜਕ ਨੂੰ ਕੀ ਕਹਿੰਦੇ ਹਨ ਜੋ ਫਲ ਜਾਂ ਨਤੀਜਾ ਦੱਸਣ ਉਸ ਨੂੰ ਫਲਵਾਚਕ ਕਿਹਾ ਜਾਂਦਾ ਹੈ ਫਾਰ ਇਕਜ਼ਾਮਪਲ ਸਪਾਈ ਨੇ ਕਸੂਰਵਾਰ ਨੂੰ ਇੰਨਾ ਕੁੱਟਿਆ ਕਿ ਅਦਮੋਇਆ ਕਰ ਦਿੱਤਾ ਕੇ ਕੀ ਹੈ ਫਲਵਾਚ ਨੈਕਸਟ ਜਦੋਂ ਦੀਨ ਪੁਵਾਕ ਪ੍ਰਧਾਨ ਪੁਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਜੈ ਪੁਵਾਕ ਨੂੰ ਬਲੇਦੀਨ ਜੋਜਕ ਨੂੰ ਕੀ ਕਹਿੰਦੇ ਹਨ ਜੋ ਕਿਰਿਆ ਦਾ ਮੰਤਵ ਦੱਸੇ ਉਸ ਨੂੰ ਮੰਤਵਤੂ ਹੀ ਪਤਾ ਲੱਗਦਾ ਹੈ ਉਸ ਨੂੰ ਮੰਤਵ ਵਾਚ ਕਿਹਾ ਜਾਂਦਾ ਹੈ ਫਾਰ ਇਕਜ਼ਾਮਪਲ ਉਹ ਗੱਪਾ ਮਾਰ ਰਿਹਾ ਹੈ ਤਾਂ ਕਿ ਸਮਾਂ ਬਤੀਤ ਹੋ ਜਾਵੇ ਤਾਂ ਕੀ ਹੈ ਮੰਤਵ ਵਾਚ ਨੈਕਸਟ ਜਦੋਂ ਦੀਨ ਉਪਵਾਕ ਜਾਂ ਪ੍ਰধান ਉਪਵਾਕ ਦਾ ਕੰਨ ਸ਼ਰਤ ਵਾਂਗ ਦੱਸੇ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਦੀਨ ਜੋਜਕ ਨੂੰ ਕੀ ਕਹਿੰਦੇ ਹਨ ਜੋ ਕੀ ਹੈ ਸ਼ਰਤ ਵਾਂਗ ਦੱਸੇ ਸ਼ਰਤ ਉੱਤੇ ਪਤਾ ਲੱਗਦਾ ਉਸ ਨੂੰ ਸ਼ਰਤਵਾਚ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਸ਼ਰਤ ਹੋਵੇ ਜੇ ਤੁਸੀਂ ਠੀਕ ਹੋਣਾ ਤਾਂ ਬਕਾਇਦਾ ਇਲਾਜ ਕਰੋ ਇਸ ਵਿੱਚ ਕੀ ਹੈ ਸ਼ਰਤ ਹੈ ਵੀ ਜੇ ਤੁਸੀਂ ਠੀਕ ਹੋਣਾ ਤਾਂ ਆਪਣਾ ਇਲਾਜ ਕਰਾਓ ਤਾਂ ਬਕਾਇਦਾ ਕੀ ਹੈ ਸ਼ਰਤਵਾਚ ਨੈਕਸਟ ਜਦੋਂ ਦੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਵਿਰੋਧ ਦੱਸੇ ਤਾਂ ਜਿਹੇ ਪੁਵਾਕਾਂ ਨੂੰ ਜੋੜਨ ਵਾਲੇ ਦੀਨ ਜੋਜਕ ਨੂੰ ਕੀ ਕਹਿੰਦੇ ਹਨ ਜੋ ਵਿਰੋਧ ਦੱਸੇ ਉਸ ਨੂੰ ਵਿਰੋਧਵਾਚਕ ਆ ਜਾਂਦਾ ਹੈ ਫੋਰ ਐਗਜ਼ਾਮਪਲ ਭਾਵੇਂ ਉਹ ਗਰੀਬ ਹੈ ਫਿਰ ਵੀ ਦਿਆਲੂ ਇਸ ਵਿੱਚ ਕੀ ਹੈ ਵਿਰੋਧਤਾ ਦਿਖਾਈ ਗਈ ਹੈ ਫਿਰ ਕੀ ਹੈ ਵਿਰੋਧਵਾਚਕ ਜਦੋਂ ਪ੍ਰਧਾਨ ਉਪਵਾਕ ਤੇ ਦੀਨ ਉਪਵਾਕ ਦੋ ਚੀਜ਼ਾਂ ਦੇ ਗੁਣਾ ਜਾਂ ਅਗੁਣਾ ਆਦਿ ਦਾ ਟਕਰਾ ਕਰਨ ਤਾਂ ਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਦੀਨ ਜੋਜਕ ਨੂੰ ਕੀ ਕਹਿੰਦੇ ਹਨ ਉਸ ਨੂੰ ਜੋ ਟੱਕਰ ਕਰਨ ਉਸ ਨੂੰ ਤੁਲਨਾ ਵਾਜ ਕਿਹਾ ਜਾਂਦਾ ਹੈ ਫੋਰ ਐਗਜ਼ਾਮਪਲ ਉਹ ਐਨਾ ਤੇਜ਼ ਦੌੜਦਾ ਹੈ ਕਿ ਉਸ ਨਾਲ ਕੋਈ ਨਹੀਂ ਟੱਕਰ ਕਰ ਸਕਦਾ ਮਤਲਬ ਕਿ ਕੰਪੇਅਰ ਨਹੀਂ ਕਰ ਸਕਦਾ ਉਸ ਨਾਲ ਕੇ ਕੀ ਹੈ ਤੁਲਨਾ ਵਾਜਕ ਉਮੀਦ ਕਰਦੇ ਹਾਂਗੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਚੈਨਲ ਨੂੰ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਉਦ ਤੱਕ ਲਈ ਸ਼ਸ਼ੀ ਕਾਲ ਥੈਂਕਸ ਫॉर ਵਾਚਿੰਗ